ਕਾਰ ਅਤੇ ਐਕਟਿਵਾ ਦੀ ਟੱਕਰ ਤੋਂ ਬਾਅਦ ਵਿਵਾਦ ਭਖਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ ਧਿਰ ਨੇ ਦੂਸਰੇ ਧਿਰ ਦੇ ਘਰ ਦੇ ਅੰਦਰ ਵੜ ਕੇ ਤੋੜ ਫੋੜ ਕੀਤੀ ਹੈ, ਇੱਥੋਂ ਤੱਕ ਕਿ ਟੀਵੀ ਵੀ ਉਹਨਾਂ ਦਾ ਚੱਕ ਕੇ ਭੰਨ ਦਿੱਤਾ। ਜਦਕਿ ਦੂਜੇ ਪਾਸੇ ਦੂਸਰੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਹੀ ਇਲਜ਼ਾਮਾਂ ਨੂੰ ਨਕਾਰਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਗਲਤੀ ਜੋ ਹੈ ਉਹਨਾਂ ਦੇ ਬੇਟੇ ਦੀ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਕੀ ਹੈ। ਤਾਂ ਜਲਾਲਾਬਾਦ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਆਪਣੀ ਐਕਟਿਵਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੀ ਇੱਕ ਕਾਰ ਦੇ ਨਾਲ ਮਾਮੂਲੀ ਜਿਹੀ ਟੱਕਰ ਹੋ ਜਾਂਦੀ ਹੈ। ਹਾਲਾਂਕਿ ਜੋ ਨੌਜਵਾਨ ਦਾ ਪਰਿਵਾਰ ਕਹਿ ਰਿਹਾ, ਐਕਟਿਵਾ ਸਵਾਰ ਦਾ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਗੱਡੀ ਵਾਲੇ ਨੇ ਉਸਦੇ ਨਾਲ ਗਾਲੀ ਗਲੋਚ ਕੀਤਾ, ਜਿਸ ਤੋਂ ਬਾਅਦ ਗੱਡੀ ਵਾਲੇ ਨੇ ਆ ਕੇ ਘਰ ਦੇ ਵਿੱਚ ਵੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਤੋੜ ਫੋੜ ਕੀਤੀ ਹੈ। ਜਦਕਿ ਦੂਸਰੇ ਪਾਸੇ ਗੱਡੀ ਵਾਲੇ ਦਾ ਕਹਿਣਾ ਕਿ ਜਦੋਂ ਉਹ ਆਪਣੀ ਗੱਡੀ ਨੂੰ ਸੜਕ ਦੇ ਉੱਤੇ ਲੈ ਕੇ ਜਾ ਰਿਹਾ ਸੀ ਤਾਂ ਪਿੱਛੋਂ ਦੀ ਐਕਟਿਵਾ ਦੇ ਉੱਤੇ ਦੋ ਨੌਜਵਾਨ ਆਉਂਦੇ ਨੇ, ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਵੀ ਗਾਲੀ ਗਲੋਚ ਕੀਤਾ ਜਾਂਦਾ, ਜਿਸ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਦੀ ਵੀ ਗੱਲ ਕਹੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਉਹ ਅੱਗੇ ਰਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਵੀ ਉੱਥੇ ਹੋਰ ਬੁਲਾ ਲਿਆ, ਜਿਸ ਤੋਂ ਬਾਅਦ ਉਸਦੀ ਗੱਡੀ ਦੇ ਉੱਤੇ ਪਥਰਾਅ ਕੀਤਾ ਗਿਆ ਅਤੇ ਉਸਦੀ ਗੱਡੀ ਦਾ ਵੀ ਵੱਡਾ ਨੁਕਸਾਨ ਹੋਇਆ। ਤਾਂ ਤਸਵੀਰਾਂ ਗੱਡੀ ਦੀਆਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਗੱਡੀ ਜੋ ਹੈ ਭੰਨੀ ਹੋਈ ਨਜ਼ਰ ਆ ਰਹੀ ਹੈ। ਫਿਲਹਾਲ ਦੋਵੇਂ ਧਿਰਾਂ ਹੁਣ ਸ਼ਿਕਾਇਤ ਲੈ ਕੇ ਪੁਲਿਸ ਦੇ ਕੋਲ ਪਹੁੰਚੀਆਂ ਨੇ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਕੱਲ੍ਹ ਆਏ ਸੀ ਗੁੰਡੇ ਅਤੇ ਉਹਨਾਂ ਨੇ ਮਤਲਬ ਘਰ ਦੀ ਪੰਡ ਤੋੜ ਕੇ ਸ਼ੁਰੂ ਕੀਤੀ। ਪਹਿਲਾਂ ਅਸੀਂ ਪਿੱਛੇ ਖੜ੍ਹੇ ਰਵਿੰਦਰ ਹੈ, ਫਿਰ ਕਦੋਂ ਉਹਨਾਂ ਸ਼ੀਸ਼ੇ ਤੋੜੇ, ਘਰ ਦਾ ਨੁਕਸਾਨ ਕਰਨ ਲੱਗ ਪਏ। ਫਿਰ ਅਸੀਂ ਜਾ ਕੇ ਰੋਕਿਆ, ਉਹਨਾਂ ਨੇ ਸਾਡੇ 'ਤੇ ਹਮਲਾ ਕੀਤਾ, ਮਾਰਿਆ ਕੁੱਟਿਆ। ਫਿਰ ਮੇਰੇ ਵੀਰੇ ਛਡਾਇਆ, ਨਹੀਂ ਤਾਂ ਉਹਨਾਂ ਮਾਰ ਦੇਣਾ ਸੀ। ਚਪੇਟਾਂ ਮਾਰੀਆਂ, ਨੱਕ ਦੇ ਕਿਸੋਨੇ ਵੀ ਮਾਰੇ ਨੇ। 30-35 ਜਣੇ ਸੀਗੇ, ਹਥਿਆਰ ਬਹੁਤ, ਸਾਰਿਆਂ ਕੋਲ ਹਥਿਆਰ ਹੈਗੇ ਸੀਗੇ, ਪਿਸਟਲਾਂ, ਰਾੜਾ ਰੂੜਾ ਸਭ ਹਥਿਆਰ ਹੈਗੇ ਸੀ। ਦਰਅਸਲ ਬੈੜਾ ਆਪਣੇ ਆ ਦੁਕਾਨ ਹੈ ਆਪਣੀ, ਅਤੇ ਆ ਰਿਹਾ ਸੀ ਮੈਂ ਜਲਾਲਾਂ ਵੱਲ, ਮੈਂ ਆਪਣੀ ਦੁਕਾਨ ਵਾਲਾ ਗੱਡੀ ਮੋੜਨ ਲੱਗਾ, ਇੰਡੀਕੇਟਰ ਜਗ ਰਿਹਾ ਸੀ ਇਹਦਾ। ਉਹ ਪਿੱਛੋਂ ਆਏ ਦੋ ਜਣੇ, ਮੈਂ ਵੇਖਿਆ ਵੀ ਸ਼ੀਸ਼ੇ ਤਾਣੀ ਵੀ ਦੋ ਜਣੇ ਨੇ ਪਿੱਛੇ, ਮੈਂ ਰੋਕ ਲਈ ਵੀ ਗੱਡੀ, ਉਹਨਾਂ ਮੈਨੂੰ ਗਾਲ ਕੱਢੀ ਵੀ, ਮੈਂ ਗੱਡੀ ਮੋੜਨ ਲੱਗਿਆ ਸੀ। ਮੈਂ ਕਿਹਾ ਯਾਰ ਗਾਲ ਤਾਂ ਨਾ ਕੱਢ, ਕਹਿੰਦਾ ਮੈਂ ਕੱਢਾਂ ਗਾ ਆਪਣੇ ਅੱਗੇ ਜਾ ਕੇ, ਫਿਰ ਮੈਨੂੰ ਗਾਲ ਕੱਢੀ। ਇੱਥੇ ਆ ਕੇ ਦੁਕਾਨ ਖੋਲ੍ਹੇ ਅਤੇ ਮੇਰੇ ਨਾ ਇੱਥੋਂ ਬਾਹਰ ਨਿਕਲ ਕੇ ਹੱਥੋਂ ਭਾਈ ਹੋ ਗਏ, ਠੀਕ ਹੈ। ਹੱਥੋਂ ਭਾਈ ਹੋਣ ਤੋਂ ਬਾਅਦ ਮੈਂ ਵੀਰੇ ਫੜਾਈਆਂ ਸਮਾਨ ਜਿਹਾ ਫੜਾਉਣਾ ਸੀ, ਦੁਕਾਨ ਤੋਂ ਫੜਾ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਵਾਈਫ ਮੇਰੇ ਨਾਲ ਸੀ, ਨਾਲ 2 ਮਹੀਨੇ ਜਵਾ ਕੇ ਮੇਰੇ 2.5 ਮਹੀਨੇ ਦਾ ਹਾਲ ਉਹ ਸੀਗਾ, ਨਾਲ ਮੇਰੀ ਭਾਣਜੀ ਅਤੇ ਭਾਣਜੇ ਸੀਗੇ, ਉਹ 3-3 ਸਾਲਾਂ ਦੇ 2 ਬੱਚੇ ਨੇ, ਠੀਕ ਹੈ। ਉਹ ਤੋਂ ਬਾਅਦ 'ਚ ਫਲੀਆਂ ਵਾਲੇ ਪੰਪ ਤੋਂ ਉਰਲੇ ਪਾਸੇ ਉਹਨਾਂ ਨੇ 5-6 ਜਣੇ ਸੀਗੇ ਮੁੰਡੇ, ਇੱਥੋਂ ਤੋਂ ਜਦੋਂ ਚਲੇ ਗਏ ਬਾਈਕ ਭਜਾ ਲਏ, ਮੈਂ ਵੀਰੇ ਕਿਹਾ ਵੀਰੇ ਮੇਰੇ ਮੁੰਡੇ ਗੱਲ ਪੈ ਗਿਆ, ਤਾਂ ਉਹਦਾ ਬਾਹਰ ਆ ਗਿਆ ਵੀਰਾ ਵੀ ਦੁਕਾਨ ਤੋਂ ਜਿਗੇ, ਉਹ ਉੱਥੇ ਜਾ ਕੇ ਪੰਪ ਕੋਲ ਜਾ ਕੇ ਉਹਨਾਂ ਨੇ ਮੇਰੇ ਗੱਡੀ ਦਾ ਮੈਂ ਇੱਟਾਂ ਮਾਰੀਆਂ, ਮੈਂ ਹੱਥ ਕਰੀ ਰੁਕ ਜਾਓ ਨਾ ਮਾਰੋ, ਮੈਂ ਪੰਪ 'ਤੇ ਗੱਡੀ ਲਾ ਦੇਣਾ, ਮੇਰੇ ਬੱਚੇ ਨਾਲ ਹੈ, ਮੇਰੀ ਵਾਈਫ ਨਾਲ ਹੈ। ਆਹ ਦੇਖੋ ਤੁਸੀਂ, ਇੱਧਰੋਂ ਪਹਿਲਾਂ ਅੱਗੇ ਇੱਟ ਮਾਰੀ ਇੱਕ ਮੁੰਡੇ ਨੇ, ਅਤੇ ਇੱਟ ਗਾਹ ਨਹੀਂ ਗਈ, ਆਹ ਸ਼ੀਸ਼ੇ ਤਾਂ ਨਹੀਂ, ਇਹਨਾਂ ਨੇ ਇੱਟ ਮਾਰੀ, ਮੇਰੀ ਵਾਈਫ ਦੇ ਇੱਥੇ ਵੱਜੀ ਇੱਟ, ਅਤੇ ਇੱਥੇ ਲੱਗੇ 4 ਟਾਂਕੇ ਲੱਗੇ ਹੋਏ ਉੱਥੋਂ, ਵੇਖੋ ਤੁਸੀਂ ਆਹ ਸ਼ੀਸ਼ਾ ਵੇਖੋ, ਵਿੱਚ ਛੋਟੇ ਦੇ ਵੱਟੇ ਹੋਏ ਨੇ, ਆਪਣੇ ਮੇਰੇ ਬੱਚੇ ਨੂੰ ਨਾਲ ਦੀ ਨਾਲ ਹਿੱਕ ਨਾਲ ਲਾ ਲਿਆ, ਅਤੇ ਆਪਦੇ ਵੱਜ ਗਈ, ਪਿੱਛੇ ਬੱਚੇ ਬੈਠੇ ਸੀਗੇ, ਉਹ 2 ਬੱਚੇ ਪਿੱਛੇ ਬੈਠੇ ਸੀ, ਬੱਚਤ ਹੋ ਗਈ ਵੀ ਪਿੱਛੋਂ ਮਾਰ ਦਿੰਦੇ, ਉਹ ਤਾਂ ਬੱਚੇ ਗਏ ਸੀਗੇ ਉਹ ਵੀ। ਪਤਾ ਗੱਡੀ ਪੰਪ 'ਤੇ ਵਾੜੀ ਅੰਦਰ, ਤੁਸੀਂ ਪੰਪ ਦੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ, ਅੰਦਰ ਕੈਮਰੇ ਲੱਗੇ ਹੁੰਦੇ ਸੀ, ਉਹ ਦੇਖੋ। ਉਦੋਂ ਬਾਅਦ ਵਿੱਚ ਮੁਲਾਜ਼ਮਾਂ ਨੂੰ ਕੀਤਾ ਫੋਨ ਵੀ, ਉੱਥੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ, ਮੇਰੇ ਕੋਲ ਵੀਡੀਓ ਪਈ, ਮੈਂ ਜਿਹੜੀ ਵੀਡੀਓ ਬਣਾਈ ਵੀ ਪੰਪ 'ਤੇ ਇੰਨੇ ਲੋਕ ਪੰਪ ਇਕੱਠੇ ਹੋ ਚੁੱਕੇ ਨੇ ਪਬਲਿਕ, ਮੈਂ ਥਾਣੇ ਗੱਡੀ ਲਾਈ, ਥਾਣੇ ਵਾਲਿਆਂ ਨੇ ਸੁਣਵਾਈ ਨਹੀਂ ਕੀਤੀ ਮੇਰੀ, ਜਦੋਂ ਥਾਣੇ ਗਿਆ ਮੈਂ ਥਾਣੇ ਸੁਣਵਾਈ ਨਹੀਂ ਉਹਨਾਂ ਨੇ ਕੀਤੀ। ਮੈਂ ਬਾਅਦ ਵਿੱਚ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦਰਖਾਸਤ ਲਿਖਣੀ ਮੇਰੀ, ਉਹ ਕਹਿੰਦੇ ਲਿਖਦੇ ਮੈਂ ਚਲਾ ਗਿਆ ਸਿਵਲ ਹਸਪਿਟਲ, ਸਿਵਲ ਹਸਪਿਟਲ ਮੇਰੀ ਵਾਈਫ ਦੇ ਟਾਂਕੇ ਐ ਲਾਉਂਦੇ ਪਏ ਸੀ ਜਿਵੇਂ ਨਾ ਪਸ਼ੂ ਨੂੰ ਟਾਂਕੇ ਲਾਉਂਦੇ। ਮੈਂ ਕਿਹਾ ਕੋਈ ਇਨਸਾਨ ਹੈ, ਤਰੀਕੇ ਨਾਲ ਲਾਓ। ਉਹਨਾਂ ਨੇ ਕੁਛ ਨਹੀਂ ਸਾਡੀ ਗੱਲ ਗੁੱਲ ਸੁਣੀ, ਉਹਨਾਂ ਨੇ ਟਾਂਕੇ ਲਾ ਤੇ ਸਿਰਫ
ਇੰਜੈਕਸ਼ਨ ਤੱਕ ਨਹੀਂ ਸਿਰ ਚ ਲਾਇਆ, ਆਸ ਨੂੰ ਸੁਣਨ ਕਰਕੇ ਇੰਜੈਕਸ਼ਨ ਲਾਉਂਦੇ ਨੇ ਸਿਵਲ ਹਸਪਿਟਲ ਵਿੱਚ ਕਿਤੇ ਵੀ, ਤੇ ਫਿਰ ਮੈਂ ਵਾਈ ਫਾਈ ਦੇ ਨੂੰ ਲੈਣ ਦੇ ਨਾਲ ਮੈਂ ਥਾਣੇ 'ਚ ਵੀ ਗੱਡੀ ਕੱਢ ਲਿਆਂਦੀ ਕਿਉਂਕਿ ਮੇਰੀ ਸੁਣਵਾਈ ਤਾਂ ਹੋਈ ਨਹੀਂ। ਫਿਰ ਮੈਂ ਕਿਹਾ ਸਰ ਮੇਰੇ ਬੱਚਾ ਨਿੱਕਾ ਜਿਹਾ, ਮੇਰੇ ਬੱਚੇ ਨੂੰ ਸਲੀਟ ਨੱਕ 'ਤੇ ਆਈ ਹੈ, ਜੇ ਮੇਰੀ ਵਾਈ ਅੱਜ ਤਾਂ ਵੀ ਵੱਡੇ ਬੰਦਾ ਸੀਗਾ, ਮੇਰੀ ਵਾਈਫ ਸੀਗੀ, ਉਹਨਾਂ ਨੇ ਜੜ ਕੇ ਸੱਟ ਅਤੇ ਸੱਟ ਵੱਜ ਦੀ ਉਹ ਨਹੀਂ ਜਰਨਾ। ਇਸ ਕਰਕੇ ਮੈਂ ਕੱਲ੍ਹ ਗਿਆ ਉਹਨਾਂ ਦੇ, ਦੇਖੋ ਜਿਹਦੇ ਵੀ ਪਰਿਵਾਰ ਨੂੰ ਸੱਟ ਲੱਗੇ ਕਿੱਥੇ ਬੰਦਾ ਠੰਡਾ ਰਹੇਗਾ, ਨਹੀਂ ਰਹੇਗਾ। ਕਿਉਂਕਿ ਅੱਛਾ ਇੱਕ ਉਹਨਾਂ ਦੀ ਗੁੜੀਆ ਬਿਆਨ ਦੇਰੀ ਵੀ ਮੇਰੇ ਸੱਟ ਮਾਰੀ ਉਹਨਾਂ ਸਾਡੇ ਘਰੇ ਸੰਦ, ਅਸੀਂ ਸਿਰਫ ਕੁਛ ਨਹੀਂ ਸੰਦ ਸੁੰਦ ਲਗਾਏ, ਅਸੀਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਦੇਖ ਤੂੰ ਮੇਰੀ ਭੈਣਾਂ ਵਰਗੀ, ਜੇ ਮੈਂ ਤੇਰਾ ਸੱਟ ਮਾਰਾਂ ਤੇ ਤੇਰੇ ਤੈਨੂੰ ਕੀ ਮਹਿਸੂਸ ਹੋਏਗਾ। ਪਰ ਰੱਬ ਨੂੰ ਜਾਣ ਦੇਣੀ, ਆਪਾਂ ਨੂੰ ਇਹ ਨਹੀਂ ਹੈਗਾ ਵੀ ਭਾਵੇਂ ਉਹ ਕੁੜੀ ਚੱਕਵੇਂ ਬਿਆਨ ਦੇਵੇ ਜੋ ਮਰਜ਼ੀ। ਨਹੀਂ ਵੀਰੇ ਆਪਾਂ ਨਹੀਂ ਕੀਤੀ, ਅਸੀਂ ਬਾਹਰ ਖੜੇ ਰਹੇ ਹਾਂ, ਅਸੀਂ ਵੀ ਸਮਝਦਾਰ ਆ, ਪੜ੍ਹੇ ਲਿਖੇ ਬੰਦੇ ਹਾਂ, ਜਦੋਂ ਘਰੇ ਵੜਾਂਗੇ ਤਾਂ ਵੀਰੇ ਕੇਸ ਤਾਂ ਬਣਨਗੇ, ਤਾਂ ਕਿਵੇਂ ਕਿਸੇ ਵੜ ਸਕਦੇ, ਘਰ ਨਹੀਂ ਵੜ ਸਕਦੇ। ਪਿੰਡ ਦੇ ਵਿੱਚ ਬੰਦੇ ਲੱਭਦੇ ਰਹੇ, ਬੰਦੇ ਨਾਲ ਦੀ ਨਾਲ ਨਿਕਲ ਗਏ, ਲੱਭਦੇ ਸੀਗੇ ਜੀ ਅਸੀਂ, ਉਦੋਂ ਲੱਭਦੇ ਸੀਗੇ। ਜਿਹੜੀ ਉਹ ਜਿਹੜੀ ਇਹਨਾਂ ਨੇ ਤਸਵੀਰਾਂ ਬਣਾਈਆਂ ਨੇ ਜਿਹੜੀਆਂ, ਇੱਕ ਹੋਰ ਹੈਗੀਆਂ, ਉਹ ਮੇਰੇ ਯਾਰ ਬੇਲੀ ਗਏ ਸੀਗੇ, ਮੈਂ ਨਹੀਂ ਗਿਆ ਜੀ, ਫਲੈਕਸ ਦਾ ਮੇਰਾ ਕੰਮ ਹੈ। ਅਤੇ ਆਪਾਂ ਇਸ ਪਿੰਡ ਦੇ ਵਿੱਚ ਮੈਨੂੰ 7 ਸਾਲ ਹੋ ਗਏ ਕੰਮ ਕਰਦੇ ਨੂੰ ਫਲੀਆਂ ਵਾਲੇ 'ਚ। ਤੁਹਾਨੂੰ ਕੋਈ ਬੰਦਾ ਵੀ ਇੱਥੋਂ ਸਰਪੰਚ ਸਾਹਿਬ ਕੋਈ ਵੀ ਕਹਿ ਦੇਵੇ, ਜਿੰਨੇ ਮਾਰਕੀਟ ਸਾਰੀ ਪੁੱਛ ਲਓ ਵੀ ਆਪਾਂ ਕਦੇ ਹੁੱਲੜਬਾਜੀ ਕੀਤੀ ਹੋਵੇ ਪਿੰਡ ਦੇ ਵਿੱਚ ਰਹਿੰਦੇ ਹਾਂ, ਹਜੇ ਤੱਕ ਆਪਾਂ ਨੂੰ ਪਤਾ ਹੀ ਨਹੀਂ, ਮੈਨੂੰ ਲੋਕ ਜਾਣਦੇ ਨਹੀਂ ਵੀ ਇੱਥੇ ਸਾਡਾ ਬੰਦਾ ਹੈ। ਵੀਰ ਅਸੀਂ ਕੱਲ੍ਹ ਕੰਮ ਗਏ ਸੀ, ਗੁੜੀਆ ਇਕੱਲੀ ਘਰੇ ਸੀ, ਬੱਚੇ ਕੋਲ ਐਕਟਿਵਾ ਲੱਗੀ ਏ ਗੱਡੀ ਨੂੰ, ਉੱਥੇ ਅਪ ਥੱਪ ਹੋਈ ਏ, ਰੌਲਾ ਪਿਆ ਏ। ਬਾਅਦ ਵਿੱਚ ਅਣਪਛਾਤੇ ਵਿਅਕਤੀ ਲੈ ਕੇ 25-30 ਸਾਡੇ ਘਰੇ ਆ ਗਿਆ, ਗੁੜੀਆ ਨੂੰ ਅਪ ਥੱਪ ਕਰ ਗਏ ਨੇ, ਸਾਡੀ ਤੋੜ ਭੰਨ ਕਰ ਗਏ ਨੇ, ਸਾਨੂੰ ਇਨਸਾਫ਼ ਦਿੱਤਾ ਜਾਵੇ। ਗੁੜੀਆ ਨੂੰ ਚਪੇਟਾਂ ਵੀ ਮਾਰੀਆਂ ਨੇ, ਕਸੁੰਨ ਵੀ ਮਾਰਦਾ ਰਿਹਾ ਗੁੜੀਆ ਨੂੰ। ਪਤਾ ਨਹੀਂ ਵੀਰ ਕੌਣ ਸੀ, ਅਣਪਛਾਤੇ ਵਿਅਕਤੀ ਸੀ, ਸਾਡੀ ਜਾਣ ਪਛਾਣ ਤੋਂ ਬਾਹਰ ਨੇ। ਗੱਡੀਆਂ ਤੇ ਆਏ ਨੇ, 2 ਗੱਡੀਆਂ ਸੀ, 1 ਮੋਟਰਸਾਈਕਲ ਤੇ, ਇਹ 3-3.5 ਦੇ ਕਰੀਬ ਬਸ। ਅਸੀਂ ਮੰਗ ਕਰਦੇ ਸਰਕਾਰ ਤੂੰ ਸਾਨੂੰ ਇਨਸਾਫ਼ ਦਿੱਤਾ ਜਾਵੇ, ਜੋ ਸਾਡੀ ਤੋੜ ਪਾਣ ਨੇ ਉਹ ਸਾਨੂੰ ਦਿੱਤੀ ਜਾਵੇ, ਅਸੀਂ ਗਰੀਬ ਘਰ ਹੈ, ਮਿਹਨਤ ਮਜ਼ਦੂਰੀ ਕਰਕੇ ਖਾਵਣ ਵਾਲੇ। ਬਾਕੀ ਅਸੀਂ 3 ਜਣੇ ਹੈਗੇ ਸੀਗੀਆਂ, ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਗੁੰਡਾਗਰਦੀ ਆ ਰਹੇ ਨੇ, ਅਤੇ ਬਾਕੀ ਸਾਡੀ ਗੁੱਡੀਆ ਭੱਜ ਕੇ ਆਈ, ਜਦੋਂ ਉਹਨਾਂ ਤੋੜ ਫਾੜ ਕੀਤੀ ਤਾਂ ਕਹਿੰਦੇ ਅੱਗ ਲਾਉਣੇ, ਸਾਡੀ ਗੁੱਡੀਆ ਆਈ ਤਾਂ ਇਹਨਾਂ ਨੂੰ ਮਾਰਨ ਲੱਗ ਗਏ, ਅਤੇ ਕਹਿੰਦੇ ਸੀ ਵੀ ਜਨਾਨੀਆਂ ਜੋ ਵੀ ਗਿਆ ਨੇ ਸਾਰਿਆਂ ਨੂੰ ਇਕੱਠਾ ਕਰੋ, ਆਪਾਂ ਕੁੱਟਣਾ ਹੈ, ਮਾਰਨਾ ਹੈ, ਜੋ ਬੱਚੇ ਨੇ ਗਲਤੀ ਕੀਤੀ ਉੱਥੇ ਉਹਨੂੰ ਮਾਰਨਾ ਚਾਹੁੰਦੇ ਸੀ, ਪਰ ਉਹ ਹੈ ਨਹੀਂ ਸੀਗੇ, ਅਤੇ ਬਾਕੀ ਸਾਨੂੰ ਨਹੀਂ ਪਤਾ ਹੈਗਾ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ, ਅਤੇ ਗਲਤੀ ਬਹੁਤ ਜ਼ਿਆਦਾ ਉਹਨਾਂ ਕਰ ਦਿੱਤੀ ਹੈ ਸਾਡੇ ਨਾਲ ਘਰੇ ਆ ਕੇ। ਅਸੀਂ ਕੋਈ ਨਹੀਂ ਸਾਡੇ ਘਰ 'ਚ ਹੈਗਾ ਸੀ, ਹੋਰ ਅਸੀਂ 3 ਜਣੇ, 1 ਸਾਡੇ ਨਾਲ ਇਹ ਬੱਚੀ ਹੈਗੀ ਸੀ, 2 ਜਣੇ ਅਸੀਂ ਆਪ ਹੈਗੇ ਅਸੀਂ ਖੁਦ, ਮੈਂ ਮੁੰਡੇ ਦੀ ਚਾਚੀ ਹਾਂ, ਅਤੇ ਮੈਂ ਪੁੱਛਦੀ ਵੀ ਰਹੀ ਆ ਰੁਕਦੇ ਰਹੇ ਸਾਡੇ ਸਾਰੇ ਵਿਹੜੇ ਵਾਲੇ ਆ ਗਏ, ਨਹੀਂ ਤਾਂ ਸਾਡੇ ਨਾਲ ਵੀ ਇਨਸਾਫੀ ਹੋਵੇ ਆ। ਸਾਨੂੰ ਤਾਂ ਇਨਸਾਫ਼ ਚਾਹੀਦਾ, ਸਾਡੇ ਬੱਚਿਆਂ ਨੂੰ ਹੁਣ ਕੱਲ੍ਹ ਨੂੰ ਖਤਰਾ ਹੈ, ਜਿਹੜੇ ਬੱਚਿਆਂ ਨਾਲ ਉੱਥੇ ਗਲਤੀ ਹੋਈ ਹੈ, ਚੱਲ ਸਾਡੇ ਬੱਚਿਆਂ ਕੋਲ ਹੀ ਗਲਤੀ ਹੋਈ, ਪਰ ਸਾਨੂੰ ਇਨਸਾਫ਼ ਚਾਹੀਦਾ, ਬੱਚੇ ਸਾਡੇ ਵੀ ਗਏ ਨੇ, ਮੇਰੇ ਬੱਚੇ ਵੀ ਗਏ ਨੇ, ਕੱਲ੍ਹ ਨੂੰ ਗਲਤੀ ਕੋਈ ਵੀ ਹੁੰਦੀ ਹੈ ਉਹਨਾਂ ਦੇ ਜ਼ਿੰਮੇ ਲੱਗੇਗੀ, ਸਾਨੂੰ ਇਨਸਾਫ਼ ਚਾਹੀਦਾ, ਬੱਚਿਆਂ ਨੂੰ ਕੱਲ੍ਹ ਨੂੰ ਇਸ ਤਰ੍ਹਾਂ ਸਾਨੂੰ ਦਿੱਕਤ ਨਾ ਆਵੇ, ਅੱਜ ਤਾਂ ਸਾਡੇ ਘਰੇ ਆ ਗਏ ਨੇ, ਕੱਲ੍ਹ ਨੂੰ ਹੋਰ ਵੀ ਕੁਝ ਹੋ ਸਕਦਾ ਹੈ। ਕੱਲ੍ਹ ਮੈਂ ਤਾਂ ਘਰੇ ਨਹੀਂ ਹੈਗਾ ਸੀ ਆਪਣੇ, ਵੀ ਮੇਰੇ ਘਰੇ ਇਕੱਲੀ ਗੁੜੀਆ ਹੈਗੀ ਸੀ, ਤਾਂ ਅਸੀਂ ਗਏ ਸੀ ਆਪਣੇ ਰਿਸ਼ਤੇਦਾਰਾਂ ਨੂੰ, ਅਤੇ ਕੱਲ੍ਹ ਮੇਰਾ ਮੁੰਡਾ ਸਕੂਲ ਤੋਂ ਪੇਪਰ ਦੇ ਕੇ ਆ ਰਿਹਾ ਸੀ, ਅਤੇ ਇੱਥੇ ਜਿਹੜਾ ਆਪਣੇ ਟਾਈਲਾਂ ਦੀ ਫੈਕਟਰੀ ਦਾ ਮੁੰਡਾ ਲੱਗ ਗਿਆ ਜੰਡ ਵਾਲੇ ਦਾ ਵਿਜੇ ਕੁਮਾਰ, ਉਹਦੀ ਐਕਟਿਵਾ ਕਦੇ ਲੱਗ ਗਈ ਗੱਡੀ ਨੂੰ, ਅਤੇ ਕਹਿ ਰਿਹਾ ਸੀ ਗਾਲ ਗਲੋਚ ਕੀਤੀ ਤੂੰ ਭੈਣ 'ਚ, ਇਹ ਕੀਤਾ ਉਹ ਕੀਤਾ, ਰੁਕ ਕੇ ਮੇਰੇ ਮੁੰਡਿਆਂ ਨੂੰ ਉਹਨੇ ਥੱਪੜ ਮਾਰੇ ਗਾਲ ਗਲੋਚ ਕਰਕੇ। ਫਿਰ ਮੁੰਡਿਆਂ ਨੂੰ ਕਿਹਾ ਤੁਸੀਂ ਤੁਹਾਡਾ ਘਰ ਕਿੱਥੇ ਗਿਆ, ਉਹ ਤਾਂ ਮੈਂ ਤੁਹਾਡੇ ਘਰੇ ਆਉਣਾ ਕੁੱਟਣ, ਉਹ ਕਹਿੰਦਾ ਮੇਰਾ ਪੈਟਰੋਲ ਪੰਪ ਕੋਲ ਘਰ ਹੈਗਾ, ਪੈਟਰੋਲ ਪੰਪ ਕੋਲ ਉਹਨੂੰ ਗੱਡੀ ਰੋਕੀ, ਉਹ ਤਾਂ ਹੱਥ ਬਲੋਚ ਨੂੰ ਰੋਕ ਕਿਹਾ, ਉਹਨੇ ਕਿਹਾ ਵੀ ਮੇਰੇ ਆ ਜਾਓ ਮੈਂ ਆ ਗਿਆ ਲੜਨਾ, ਉਹ ਤਾਂ 1-2 ਬੱਖੇ ਪਏ, ਗੱਡੀ ਨੂੰ ਸ਼ੀਸ਼ੇ ਨੂੰ ਇੱਟ ਲੱਗੀ। ਉਦੋਂ ਬਾਅਦ
ਉਹ ਸਾਰੇ ਪਿੰਡ ਉਹਨਾਂ ਨੂੰ ਗੁੰਡੇ ਮੰਗਵਾ ਲਿਆ, ਸਾਰੇ ਪਿੰਡ 'ਚ ਘਰ ਆਏ, ਸਾਰੀ ਪੋਟ ਥੋਟ ਕਰਤੀ, ਮੇਰੇ ਗੁੜੀਆਂ ਨੂੰ ਕੁੱਟਾ, ਕੁੱਟ ਮਾਰ ਕੇ ਇਹਨੂੰ ਘਰੋਂ ਅੱਗ ਲਾਉਣਾ ਚਾਹੁੰਦੇ ਸੀ ਗੁੰਡੇ ਇੰਨੇ ਕੁ ਸੀ, ਘੱਟੋ ਘੱਟ 30-35 ਬੰਦੇ, ਪਤਾ ਹੀ ਨਹੀਂ ਲੱਗਾ ਕਿਹੜੇ ਪਾਸੇ ਕੀ ਹੋਇਆ, ਸਾਰਾ ਪਿੰਡ ਭਰਾ ਪਿਆ, ਕਾਪੇ ਕਿਰਪਾਨਾਂ ਢਿੱਸੇ ਅਤੇ ਇੱਕ ਬਿੰਦੀ ਬਿੰਦੀ ਹੈਗਾ ਆਪਣਾ ਬੱਲੂਆਣੇ ਦਾ, ਉਹਨੂੰ ਆਉਂਦਾ ਮੇਰੇ ਕੋਲ ਪਿਸਟਲ ਹੈਗਾ, ਮੈਂ ਸਾਰੇ ਲਾਸ਼ਾਂ ਇੱਥੋਂ ਮਾਰਤੇ ਜਾਣਾ, ਤੇਰੇ ਮੁੰਡੇ ਨੂੰ ਤਾਂ ਮਾਰਤੇ ਜਾਣਾ, ਅਤੇ ਸਾਡੇ ਇੱਥੇ ਬਹੁਤ ਜ਼ਿਆਦਾ ਉਹਨੇ ਨੁਕਸਾਨ ਕੀਤਾ। ਕੈਦ ਸਰ ਅਸੀਂ ਗਏ ਆਪਣੇ ਸਿਟੀ ਕੱਲ੍ਹ ਸ਼ਾਮ 2:30 ਵਜੇ ਜਦੋਂ ਵਾਰਦਾਤ ਕਰਕੇ ਗਏ ਨੇ, ਉਦੋਂ ਬਾਅਦ ਦਰਖਾਸਤ ਲਾਈ ਪੁਲਿਸ ਨੇ, ਆਪਣਾ ਦਰਖਾਸਤ ਲਿਖ ਲਈ, ਆਉਂਦਾ ਕਾਰਵਾਈ ਕਰਾਂਗੇ। ਮੰਗ ਇਹੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਸਰ ਵੀ ਆਪਣੇ ਜਿੰਨਾ ਵੀ ਜੋ ਵੀ ਸਾਡੇ ਘਰੇ ਨੁਕਸਾਨ ਹੋਇਆ, ਜੋ ਵੀ ਮੇਰੇ ਲੜਕੀ ਨੂੰ ਬਦਤਮੀਜ਼ ਕੀਤੀ ਗਈ, ਮੇਰੀ ਲੜਕੀ ਨੂੰ ਕੁੱਟਿਆ ਗਿਆ, ਸਾਡੇ ਘਰੇ LCD ਟੁੱਟਤੀ, ਸਾਡੇ ਘਰੇ ਨੁਕਸਾਨ ਬਹੁਤ ਹੋਇਆ, ਸਾਡੇ ਘਰ ਜਿੰਨੇ ਵੀ ਆਏ ਕਿਰਪਾਨਾਂ ਲੈ ਕੇ ਪੂਰੇ ਪੁੱਜ ਕੇ ਆਏ ਨੇ, ਅਸੀਂ ਪ੍ਰਸ਼ਾਸਨ ਇਹੀ ਗੱਲ ਕਹਿੰਦੇ ਹਾਂ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।